वाहे गुरु जी का खालसा, वाहे गुरु जी की फतेह। दुनिया दे विच नाम दी सिमरन दी बड़ी वड्डी ताकत है। जिन्हां ने दुनिया दे विच संसार दे विच नाम जपिया है, जिन्हां ने सिमरन कीता है, वो आपां उन्हां दा नाम अरदास दे विच जिक्र करदे हां। पर दुनिया दे जिहड़े लोकी सन नाम जपण वालियां नूं उन्हां ने बड़ा ही तंग कीता, जिन्हां ने सिमरन कीता ना संसार विच आ के। ते जिहड़े दुनिया दे राजे महाराजे सन, ध्यान नाल गल सुणो, उन्हां ने उन्हां नूं दुख बड़े दित्ते ने नाम सिमरन वालियां नूं। आम जी गल है, आपां इह गल आखदे हां ਵੀ ਫਲਾਣਾ ਬੰਦਾ ਨਾਮ ਜਪਦਾ ਸੀ ਪਰ ਉਹਨੂੰ ਦੁੱਖ ਬੜੇ ਆਏ ਨੇ। ਦੁੱਖ ਤਾਂ ਭਾਈ ਜਿਹੜਾ ਨਾਮ ਨਹੀਂ ਜਪਦਾ ਉਹਨੂੰ ਵੀ ਆਉਣੇ ਨੇ, ਅਤੇ ਜਿਹੜਾ ਨਾਮ ਜਪਦਾ ਦੁੱਖ ਉਹਨੂੰ ਵੀ ਆਉਣੇ ਨੇ। ਪਰ ਫਰਕ ਕੀ ਹੈ ਇੱਥੇ? ਜਿਹੜਾ ਤਾਂ ਨਾਮ ਨਹੀਂ ਜਪਦਾ ਉਹਦਾ ਫਿਰ ਦੁੱਖ ਦੇ ਵਿੱਚ ਕਰਲਾਉਂਦਾ ਹੈ, ਦੁਖੀ ਹੁੰਦਾ ਹੈ। ਪਰ ਜਿਹੜਾ ਬੰਦਾ ਨਾਮ ਜਪਦਾ, ਸਿਮਰਨ ਜਪਦਾ ਹੈ, ਅਤੇ ਸਤਿਗੁਰੂ ਪਾਤਸ਼ਾਹ ਉਹਨੂੰ ਦੁੱਖ ਸਹਾਰਨ ਦੀ ਤਾਕਤ ਦਿੰਦੇ ਨੇ ਜਿਹੜਾ ਸਿਮਰਨ ਕਰਦਾ। ਹੁਣ ਭਾਈ ਮਤੀ ਦਾਸ ਉਹਨਾਂ ਦੇ ਸੀਸ 'ਤੇ ਆਰੇ ਚਲਾਏ ਗਏ, ਕੋਈ ਛੋਟੀ ਜਿਹੀ ਗੱਲ ਹੈ? ਭਾਈ ਮਤੀ ਦਾਸ ਦੇ ਸੀਸ 'ਤੇ ਆਰਾ ਚੱਲਿਆ, ਆਪਾਂ ਅਸੀਂ ਸੁਣਾ ਦਿੰਦੇ ਹਾਂ, ਤੁਸੀਂ ਸੁਣ ਲੈਂਦੇ ਹੋ, ਗੱਲ ਕਰਨੀ ਬੜੀ ਸੌਖੀ ਹੈ। ਸੀਸ 'ਤੇ ਆਰਾ ਐਵੇਂ ਨਹੀਂ ਚੱਲਿਆ, ਭਾਈ ਤਾਰੂ ਸਿੰਘ ਦੀ ਖੋਪਰੀ ਲਾਈ ਗਈ। ਉਹ ਕਿਤੇ ਛੋਟਾ ਜਿਹਾ ਦੁੱਖ ਹੈ? ਭਾਈ ਮਣੀ ਸਿੰਘ ਦਾ ਬੰਦ ਕਢਵਾਇਆ ਗਿਆ, ਕਿਤੇ ਛੋਟਾ ਜਿਹਾ ਦੁੱਖ ਹੈ? ਪਰ ਉਹਨਾਂ ਨੂੰ ਇਹ ਤਾਕਤ ਮਿਲੀ ਸਿਮਰਨ ਦੇ ਵਿੱਚੋਂ, ਨਾਮ ਦੇ ਵਿੱਚੋਂ। ਬਾਬਾ ਬੰਦਾ ਸਿੰਘ ਬਹਾਦਰ, ਉਹਨਾਂ 'ਤੇ ਕਈ ਸਾਡੇ ਭੁੱਲਣ ਇਤਿਹਾਸਕਾਰ ਬੜਾ ਕੁਝ ਊਟ ਪਟਾਂਗ ਲਿਖੀ ਜਾਂਦੇ ਨੇ, ਪਰ ਬਾਬਾ ਬੰਦਾ ਸਿੰਘ ਬਹਾਦਰ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਹੱਥੀ ਖੰਡੇ ਬਾਟੇ ਦੀ ਪਹੁੜ ਛਕਾਈ। ਉਹ ਵਿਰਾਗੀ ਤੋਂ ਉਹਨੂੰ ਸਿੰਘ ਸਜਾਇਆ, ਉਹਦਾ ਨਾਂ ਸੀ ਗੁਰਬਖਸ਼ ਸਿੰਘ, ਪਰ ਉਪਨਾਮ ਰੱਖਿਆ ਗਿਆ ਬੰਦਾ ਸਿੰਘ ਬਹਾਦਰ ਦਾ ਉਹਨੂੰ ਖਿਤਾਬ ਦਿੱਤਾ। ਉਹ ਭਾਈ ਬੰਦਾ ਸਿੰਘ ਬਹਾਦਰ, ਉਹਦੇ ਸਾਹਮਣੇ ਆਪਾਂ ਸਰਵਣ ਕੀਤਾ ਕਿ ਉਹਦੇ ਨਾਲ ਦੇ ਸਾਥੀਆਂ ਨੂੰ ਸ਼ਹੀਦ ਕੀਤਾ ਕਿ ਕਿਵੇਂ ਨਾ ਕਿਵੇਂ ਬੰਦਾ ਸਿੰਘ ਬਹਾਦਰ ਦੀਨ ਪ੍ਰਵਾਨ ਕਰ ਲਵੇ, ਇਸਲਾਮਾਬਾਦ ਦਾ ਧਾਰਨੀ ਹੋ ਜਾਵੇ, ਬਾਦਸ਼ਾਹ ਫਰਕਸ਼ੀਅਰ ਹਿੰਦੁਸਤਾਨ ਦਾ ਬਾਦਸ਼ਾਹ। ਬੜੇ ਲਾਲਚ ਦਿੱਤੇ ਨੇ, ਬੜਾ ਕੁਝ ਕਿਹਾ, ਤੇਰੇ ਵਰਗਾ ਸੈਨਾਪਤੀ ਹੋਇਆ ਆਪਾਂ ਦੁਨੀਆ 'ਤੇ ਰਾਜ ਕਰਾਂਗੇ। ਇਹ ਬੰਦਾ ਸਿੰਘ ਬਹਾਦਰ, ਤੈਨੂੰ ਮੂੰਹ ਮੰਗਿਆ ਨਾਮ, ਤੈਨੂੰ ਧਨ ਦੌਲਤ ਜਗੀਰਾਂ ਦਿੱਤੀਆਂ ਜਾਣਗੀਆਂ। ਪਰ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਅਕੀਦੇ 'ਤੇ ਅਟਲ ਰਹੇ, ਇੱਥੇ ਹੀ ਬਸ ਨਹੀਂ ਹੋਈ। ਬਾਬਾ ਬੰਦਾ ਸਿੰਘ ਬਹਾਦਰ, ਉਹਦੀ ਗੋਦੀ ਵਿੱਚ ਉਹਦਾ ਪੁੱਤਰ ਅਜੈ ਸਿੰਘ ਪਿਆ। ਉਹਨੂੰ ਕਿਹਾ ਗਿਆ ਇਹਨੂੰ ਕਤਲ ਕਰ। ਬਾਬਾ ਬੰਦਾ ਸਿੰਘ ਬਹਾਦਰ ਇੱਕੋ ਗੱਲ ਕਹਿੰਦੇ ਨੇ, ਦੁਸ਼ਮਣ ਦਾ ਪੁੱਤਰ ਵੀ ਮੇਰੇ ਸਾਹਮਣੇ ਰੱਖ ਦਿਉ, ਮੈਂ ਉਹਨੂੰ ਨਾ ਕਤਲ ਕਰਾਂ, ਇਹਦਾ ਬੱਚਾ ਹੈ, ਅਤੇ ਤੁਸੀਂ ਮੈਨੂੰ ਕਹਿ ਰਹੇ ਉਹਨੂੰ ਕਤਲ ਕਰ, ਚਾਹੇ ਬਾਦਸ਼ਾਹ ਦਾ ਪੁੱਤਰ ਹੋਵੇ, ਕਿਸੇ ਦਾ ਵੀ ਪੁੱਤਰ ਹੋਵੇ। ਉਹ ਗੁਰੂ ਕਾ ਸਿੰਘ ਕਿਸੇ ਬੱਚੇ ਉੱਤੇ ਵਾਰ ਨਹੀਂ ਜੇ ਕਰਦਾ। ਜਲਾਦ ਨੇ ਗੋਦੀ ਵਿੱਚੋਂ ਬੱਚਾ ਚੁੱਕ ਕੇ ਨਾ ਅਜੈ ਸਿੰਘ ਨੂੰ ਕੇਸਾਂ ਤੋਂ ਫੜ ਕੇ ਛੁਰਾ ਮਾਰਿਆ, ਅਤੇ ਉਹਦੇ ਪੇਟ ਵਿੱਚ ਦੀ ਛੁਰਾ ਆਰ ਪਾਰ ਕਰ ਦਿੱਤਾ। ਫਿਰ ਛੁਰੇ ਨੂੰ ਖਿੱਚ ਕੇ ਜਦੋਂ ਥੱਲੇ ਨੂੰ ਚੀਰਿਆ, ਦੋ ਉਹਦੇ ਹਿੱਸੇ ਹੋ ਗਏ, ਹੇਠਲੇ ਪਾਸੇ ਉਹ ਫੁੜਕ ਕੇ ਅੰਦਰਾਂ ਬਾਹਰ ਆ ਗਈਆਂ। ਇੱਥੇ ਹੀ ਬਸ ਨਹੀਂ, ਜਲਾਦ ਨੇ ਖੂਨ ਦਾ ਬੁੱਕ ਭਰ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਉੱਤੇ ਮਾਰਿਆ, ਨਾਲਾਂ ਤੜਫੜੀਆਂ ਕੱਢ ਕੇ ਪੁੱਤਰ ਦੀਆਂ ਉਹਦੇ ਗਲੇ ਵਿੱਚ ਪਾ ਦਿੱਤੀਆਂ। ਇੱਥੇ ਹੀ ਬਸ ਨਹੀਂ, ਉਹਦਾ ਦਿਲ ਕੱਢ ਕੇ, ਕਾਲਜਾ ਕੱਢ ਕੇ, ਤੜਫਦਾ ਕਾਲਜਾ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਪਾਇਆ ਨਾ ਜਦੋਂ, ਅਤੇ ਬਾਦਸ਼ਾਹ ਫਰਕਸ਼ੀਅਰ ਕਹਿੰਦਾ, ਬੰਦਾ ਸਿਆ ਹੁਣ ਦੱਸ, ਹੁਣ ਕੀ ਕਹਿਣਾ ਚਾਹੁੰਦਾ? ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗਾ ਕਿ ਮੈਂ ਜਿੱਤ ਗਿਆ ਅਤੇ ਤੁਸੀਂ ਹਾਰ ਗਏ ਹੋ। ਬਾਦਸ਼ਾਹ ਫਰਕਸ਼ੀਅਰ, ਮੈਂ ਜਿੱਤ ਗਿਆ, ਤੁਸੀਂ ਹਾਰ ਗਏ ਹੋ ਜੰਗ ਦੇ ਵਿੱਚ, ਕਿਉਂਕਿ ਜੰਗਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਨੇ, ਇੱਕ ਜੰਗ ਹੁੰਦੀ ਹੈ ਸੰਸਾਰੀ, ਇੱਕ ਹੁੰਦੀ ਹੈ ਅੰਦਰੂਨੀ। ਜਦੋਂ ਸੰਸਾਰੀ ਜੰਗ ਹੁੰਦੀ ਹੈ, ਜਿਹੜਾ ਜਿੱਤ ਕੇ ਆਉਂਦਾ ਉਹਦੇ ਗਲ ਦੇ ਵਿੱਚ ਹਾਰ ਪੈਂਦੇ ਨੇ,
ਇਹ ਅੰਦਰੂਨੀ ਜੰਗ ਸੀ ਜਿਹੜੀ ਮੈਂ ਜਿੱਤ ਲਈਏ। ਜਦੋਂ ਅੰਦਰੂਨੀ ਜੰਗ ਜਿੱਤੀਏ ਫਿਰ ਨਾਰਾਂ ਦੇ ਹਾਰ ਗਲ ਵਿੱਚ ਪੈਂਦੇ ਹੀ ਨਹੀਂ। ਜਿਹੜਾ ਤੁਸੀਂ ਆ ਮੇਰੇ ਮੂੰਹ ਤੇ ਮੇਰੇ ਪੁੱਤਰ ਦੇ ਲਹੂ ਦੇ ਛਿੱਟੇ ਮਾਰੇ ਨੇ, ਇਹ ਅੰਦਰੂਨੀ ਜੰਗ ਮੈਂ ਜਿੱਤੀ ਏ। ਜਦੋਂ ਲਾੜੀ ਮੌਤ ਨੂੰ ਕੋਈ ਵਿਆਹੁਣ ਜਾਂਦਾ ਗੁਰੂ ਕਾ ਸਿੱਖ, ਉਹਦੇ ਉੱਤੇ ਕੇਸਰ ਦੇ ਛਿੱਟੇ ਮਾਰੇ ਜਾਂਦੇ ਨੇ। ਇਹ ਤੁਸੀਂ ਲਹੂ ਨਹੀਂ, ਇਹ ਮੇਰੇ ਉੱਤੇ ਕੇਸਰ ਦੇ ਛਿੱਟੇ ਦਿੱਤੇ ਨੇ। ਕਹਿੰਦੇ ਫਿਰ ਤੇਰੇ ਮੂੰਹ ਵਿੱਚ ਆ ਜਿਹੜਾ ਦਿਲ ਪਾਇਆ ਕੱਢ ਕੇ ਪੁੱਤਰ ਦਾ, ਕਹਿੰਦਾ ਸਾਡੇ ਰਿਵਾਜ ਏ ਗੁਰੂ ਨਾਨਕ ਦੇ ਸਿੱਖਾਂ ਦੇ ਵਿੱਚ, ਵਿਆਹ ਤੋਂ ਪਹਿਲਾਂ ਸ਼ੁਹਾਰਾ ਲਾਇਆ ਜਾਂਦਾ ਹੈ। ਅੱਜ ਖਾਲਸਾ ਖਾਲਸੇ ਦੀ ਆਜ਼ਾਦੀ ਨੂੰ ਵਿਆਹੁਣ ਚੱਲਿਆ, ਲਾੜੀ ਮੌਤ ਨੂੰ ਵਿਆਹੁਣ ਚੱਲਿਆ, ਉਹ ਫਰਜ਼ ਵੀ ਤੁਸੀਂ ਪੂਰਾ ਕਰ ਦੇਣਾ ਮੇਰੇ ਪੁੱਤਰ ਦਾ ਕਾਲਜਾ ਮੇਰੇ ਮੂੰਹ ਵਿੱਚ ਪਾ ਕਰਕੇ। ਹੁਣ ਵਾਰੀ ਆ ਗਈ ਬਾਬਾ ਬੰਦਾ ਸਿੰਘ ਬਹਾਦਰ, ਸੜ ਉੱਠਿਆ ਪ੍ਰੋਕਸ਼ੀਅਰ, ਸੱਤੀ ਕਪੜੀ ਅੱਗ ਲੱਗ ਗਈ। ਜਦੋਂ ਚੜ੍ਹਦੀ ਕਲਾ ਨਾਲ ਅਡੋਲ ਰਹਿੰਦਿਆ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਨੇ ਆ ਗੱਲਾਂ ਕਹੀਆਂ, ਫਿਰ ਕਤਲ ਕਰਨ ਦੀ ਡਿਊਟੀ ਲਾ ਦਿੱਤੀ ਕਿ ਇਹਨੂੰ ਬੋਟੀ ਬੋਟੀ ਕਰਕੇ ਕਤਲ ਕਰੋ ਬਾਬਾ ਬੰਦਾ ਸਿੰਘ ਬਹਾਦਰ ਨੂੰ। ਪਹਿਲੇ ਲਾਲ ਜੰਬੂਰਾਂ ਦੇ ਨਾਲ ਉਹਦੇ ਮਾਸ ਨੂੰ ਕੋਹਿਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਹੱਥ ਜੋੜੇ ਨੇ, ਚੌਂਕੜਾ ਮਾਰ ਲਿਆ ਅਤੇ ਗੁਰੂ ਦੀ ਮੂਰਤ ਗੁਰ ਕੀ ਮੂਰਤ ਮਨ ਮੈਂ ਧਿਆਨ ਬਾਜਾ ਵਾਲੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰਿਆ ਅਤੇ ਇਹ ਨਾਮ ਦੀ ਸ਼ਕਤੀ ਹੈ ਸਾਰੀ, ਇਹ ਸਿਮਰਨ ਦੀ ਸ਼ਕਤੀ, ਸਿਮਰਨ ਦੀ ਪਾਵਰ। ਬਾਬਾ ਬੰਦਾ ਸਿੰਘ ਬਹਾਦਰ ਅਡੋਲ ਬੈਠੇ ਨੇ, ਪਹਿਲੇ ਜੰਬੂਰਾਂ ਨਾਲ ਮਾਸ ਰੋਚਿਆ ਗਿਆ, ਫਿਰ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੀ ਖੱਬੀ ਅੱਖ, ਫਿਰ ਸੱਜੀ ਹੱਥ, ਫਿਰ ਉਹਨਾਂ ਦਾ ਸੱਜਾ ਪੈਰ, ਫਿਰ ਉਹਨਾਂ ਦਾ ਖੱਬਾ ਪੈਰ। ਇੱਥੇ ਹੀ ਬਸ ਨਹੀਂ, ਬਾਬਾ ਬੰਦਾ ਸਿੰਘ ਬਹਾਦਰ ਹੱਥ ਜੋੜ ਕੇ ਬੈਠੇ ਸਨ, ਜਲਾਦ ਨੇ ਛੁਰਾ ਮਾਰ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਦੋਵੇਂ ਹੱਥ ਹੀ ਵੱਢ ਦਿੱਤੇ। ਬਾਬਾ ਬੰਦਾ ਸਿੰਘ ਬਹਾਦਰ ਕਬੀਰ ਮੋਹੇ ਮਰਨੇ ਕਾ ਚਾਉ ਹੈ, ਇਹ ਗੁਰੂ ਕੇ ਸਿੱਖ ਕਹਿੰਦੇ ਨੇ। ਅਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਇਹ ਗੱਲ ਕਹਿ ਰਿਹਾ, ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕਹਿ ਦੁਆਰ। ਮਰਨਾ ਤਾਂ ਸਾਰਿਆਂ ਨੇ, ਪਰ ਮਰਨ ਮਰਨ ਵਿੱਚ ਫਰਕ ਹੁੰਦਾ। ਇੱਕ ਦੁਨੀਆ ਵੀ ਐਵੇਂ ਮਰ ਜਾਣਾ, ਉਹਨੂੰ ਕੋਈ ਦੁਨੀਆ ਯਾਦ ਨਹੀਂ ਕਰਦੀ, ਪਰ ਜਿਹੜੇ ਧਰਮ ਵਾਸਤੇ, ਸੰਸਾਰ ਵਾਸਤੇ, ਭਲੇ ਵਾਸਤੇ ਸੰਸਾਰ 'ਚੋਂ ਕੁਝ ਕਰਕੇ ਜਾਂਦੇ ਨੇ, ਆਪਣੀ ਕੌਮ ਵਾਸਤੇ ਕੁਝ ਕਰਕੇ ਜਾਂਦੇ ਨੇ, ਰਹਿੰਦੀ ਦੁਨੀਆ ਉਹਨਾਂ ਨੂੰ ਯਾਦ ਕਰਦੀ ਹੈ, ਰਹਿੰਦੀ ਦੁਨੀਆ ਤੱਕ। ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੂੰ ਬੈਠਿਆਂ ਨੂੰ ਕੋਹ ਕੋਹ ਕੇ ਜਿਵੇਂ ਜਲਾਦ ਕਤਲ ਕਰ ਰਹੇ ਨੇ, ਅਤੇ ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦੇ ਜਾਮ ਪੀ ਰਹੇ ਨੇ ਪੁੱਤਰ ਦੀ ਕਤਲ ਤੋਂ ਬਾਅਦ। ਉਹ ਸਮੇਂ ਦੀ ਦਾਸਤਾਨ ਢਾਡੀ ਜਥਾਬ ਦੀ ਸੇਵਾ ਦੇ ਵਿੱਚ ਇਉਂ ਬਿਆਨ। ਦਾਖਲ ਜਿਹੜਾ ਸਿੱਖੀ ਸਕੂਲ ਵਿੱਚ ਹੋਵੇ ਭਰਤੀ, ਪਹਿਲੋਂ ਇਹੋ ਹੀ ਸਬਕ ਪੜ੍ਹਾਈ ਦਾ ਏ। ਮੌਤ ਕਦੇ ਵੀ ਮਰਦਾਂ ਨੂੰ ਮਾਰਦੀ ਨਹੀਂ, ਜੋੜਾ ਇੱਕ ਲਾ ਕੇ ਜੋੜਾ ਇੱਕ ਲਾ ਕੇ
ਬਾਈ ਦਾ ਨਿਭ ਜਾਣੇ ਕਲਗੀਆਂ ਵਾਲਿਆ ਕਰਨਾ ਦੇ ਨਾਲ
हाथ जुड़े हुए बच्चे अरदास दे हाथ जुड़े हुए बच्चे अरदास दे दिते जालमाने बाट दिते जालमाने ओ लाल करके करके तेज कुटारा लाल करके तेज कुटारा कोमल शरीर बचिया कोमल शरीर बचिया फिर अग च अग च जंबूरत पाके हो फिर अग च जंबूरत पाके फिर अग च जंबूरत पाके जिंदे हो मास तोड़िया जिंदे हो मास तोड़िया पर सूर में सूर में सीना उचारी पर सूर में सीना उचारी नस माती उस दी टुटी नस माती उस दी अंत जालम अंत जालम तू ज्ञान सहारिया अंत जालम तू ज्ञान सहारिया हो अंत जालम तू ज्ञान सहारिया अंत जालम तू ज्ञान सहारिया टोटे कीता शेर टोटे टोटे कीता शेर एओ सूरमा शहीदी पा गया एओ सूरमा शहीदी पा गया तोड़ लगी आन पा गया तोड़ लगी आन पा गया देश बदले आपा वारिया बंदा सिंह देश बदले आपा वारिया बंदा सिंह देश बदले आपा वारिया गुरबाणी दे पावन पवित्र प्रमाण ने सेवक की औड़ का निब ही प्रीत बाबा बंदा सिंह बहादुर वो अपने अकीदे ते अपने सदक ते अपने बचना ते टले रहे अटल रहे ते इस तरह बाबा बंदा सिंह बहादुर 19 जून 1716 उन्होंने को के दिल्ली दे विच शहीद किया गया ते एक साल दे विच विच ही क्योंकि बाबा बंदा सिंह बहादुर नूं फरक्शियर बादशाह ने सवाल किया सी कि तेरे पुत्र नूं असीं इस तरह मारिया हुण तू दस किहड़ी मौते मरना चाहुंदा तैनूं किवें मारीए ते बाबा बंदा सिंह बहादुर ने फिर एक गल कही सी है बादशाह जेड़ी मौते तू मरना है मैनू ओ मौत दई जेड़ी मौते तू मरना है ते एक साल दे विच विच ही सैयद भरावां ने ये फरक्शियर नूं अन्ना करके मारिया पहले इहदियां अखां कढ़ियां ते फिर इहनूं कतल कीता सी इस तरह बाबा बंदा सिंह बहादुर जी उन्हां ने बड़ी वड्डी शहादत बड़ी वड्डी कुरबानी उन्हां दी देण है भावें कोई कुछ कही जाए पर कलगी धर पातशाह गुरु गोबिंद सिंह महाराज उन्होंने वचना से चलदा हो बाबा बंदा सिंह बहादुर जी ने अपना जीवन सफल किया है हुई भुलां दी खिमा जी गुरु ग्रंथ साहिब पातशाह गुरु की समुची संगत का धन्यवाद।